ਫਤਿਹ ਚੰਗੀ ਤਰ੍ਹਾਂ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਜੀ ਸੰਸਥਾ ਦੇ ਉੱਤੇ ਕਈ ਦਿਨਾਂ ਬਾਅਦ ਲਾਈਵ ਹੋਏ ਹਾਂ ਜੀ। ਅਸੀਂ ਜਾਣਕਾਰੀ ਦੇਣੀ ਚਾਹੁੰਦੇ ਸੀਗੇ, ਜਿੱਦਾਂ ਇੱਕ ਮੌਸਮ ਬਦਲ ਰਿਹਾ ਅਤੇ ਇੱਕ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਵੀ ਇੰਡੀਆ ਦੀ ਕਰੰਸੀ ਦਾ ਵੀ ਬਦਲ ਰਿਹਾ ਸਿਸਟਮ, ਉਹਦੇ ਬਾਰੇ 'ਚ ਅਸੀਂ ਥੋੜ੍ਹੀ ਜਾਣਕਾਰੀ ਦੇਣੀ ਚਾਹੁੰਦੇ ਸੀ ਆਪਦੇ ਬਾਰੇ 'ਚ, ਕਿਉਂਕਿ ਸਾਡੀਆਂ ਕੁਛ ਚੀਜ਼ਾਂ ਕਾਫੀ ਡਿਲੇ ਹੋਈ ਜਾਂਦੀਆਂ ਜਿਹਦੇ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ। ਅਤੇ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਸੀ, ਜਿਵੇਂ ਬਾਬਾ ਜੀ ਹੁਣੀ ਸਾਡੇ ਕੋਲ ਰਹਿੰਦੇ ਆ, ਬਜ਼ੁਰਗ ਜਿਹੜੇ ਵਕਤ ਦੇ ਮਾਰੇ ਹੋਏ ਇਨਸਾਨ ਆ, ਬਾਬਾ ਜੀ ਸਾਡੇ ਬੱਬੂ ਸਿੰਘ ਜੀ ਆ ਜੀ, ਇਹ ਸਾਡੇ ਪੰਡਿਤ ਜੀ ਆ ਜੀ, ਅਤੇ ਇਹ ਕਾਫੀ ਟਾਈਮ ਤੋਂ ਸਾਡੇ ਕੋਲ ਆ ਜੀ, ਹੁਣ ਇੱਕ ਮਹੀਨੇ ਡੇਢ ਮਹੀਨੇ ਤੋਂ ਜੀ ਘੱਟੋ ਘੱਟ। ਅਤੇ ਇਹ ਬਾਬਾ ਜੀ ਸਾਡੇ ਘੋਟੀ ਤੋਂ ਆ ਜੀ, ਜਰਨੈਲ ਸਿੰਘ ਜੀ, ਜਸਵੰਤ ਸਿੰਘ ਜੀ ਸੋਰੀ, ਅਤੇ ਆਹ ਸਰਦਾਰ ਗੁਰਪ੍ਰਕਾਸ਼ ਸਿੰਘ ਜੀ ਟੋਨੀ ਜੀ ਜੀ, ਅਤੇ ਇਹ ਸਾਡੇ ਕੇਸਰ ਸਿੰਘ ਜੀ ਆ ਜੀ ਚੌਂਕੀ ਮਾਨ ਤੋਂ ਜੀ, ਅਤੇ ਉਹ ਸਾਡੇ ਚੱਕਰ ਤੋਂ ਬੈਠੇ ਨੇ ਜੀ ਤਰਸੇਮ ਸਿੰਘ ਜੀ, ਜਿਹਨਾਂ ਦੀ ਲੱਤ ਦਾ ਆਪਰੇਸ਼ਨ ਹੋਇਆ ਹੋਇਆ ਜੀ, ਸ਼ਿਕੰਜਾ ਲੱਗਿਆ ਹੋਇਆ ਇਹਨਾਂ ਦੀ ਲੱਤ 'ਤੇ। ਅਤੇ ਸਾਡੇ ਬਹਿਬਲ ਕਲਾਂ ਤੋਂ ਬਾਬਾ ਜੀ ਗੁਰਦੇਵ ਸਿੰਘ ਜੀ, ਅਤੇ ਇੱਦਾਂ ਹੀ ਇਹ ਬਾਬਾ ਜੀ ਸਾਡੇ ਕੋਲ ਪ੍ਰੇਮ ਸ਼ਾਹ ਜੀ ਆ ਜੀ, ਇਹਨਾਂ ਦੇ ਵੀ ਲੱਤ 'ਤੇ ਪਲਾਸਟਰ ਲੱਗਿਆ ਹੋਇਆ ਜੀ। ਅਤੇ ਇਹ ਨੀਰਜ ਆ ਜੀ, ਬੱਚਾ ਸਾਡੇ ਕੋਲ ਛੋਟਾ ਜਿਹਾ, ਕਾਫੀ ਟਾਈਮ ਤੋਂ ਜਦੋਂ ਅਸੀਂ ਉੱਥੇ ਸਾਡੇ ਦਰਾਏ ਸੀ ਸੰਸਥਾ ਉਦੋਂ ਦੇ ਸਾਡੇ ਕੋਲ ਆ ਜੀ ਇਹ। ਅਤੇ ਇਹ ਸਾਡੇ ਜਤਿੰਦਰ ਆ ਜੀ, ਜਿਹੜੇ ਗੁੱਜਰਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਇਸ ਵੀਰ ਨੂੰ, ਅਤੇ ਹੁਣ ਸਾਡੇ ਕੋਲ ਰਹਿ ਰਹੇ ਅਸ਼ੋਕ ਗਜਰਾਜ ਆਪਣੇ ਸੋਰੀ ਰਘੂਨਾਥ ਜੀ ਆ ਜੀ, ਜਿਹੜੇ ਪਟਿਆਲੇ ਤੋਂ ਆਏ, ਇਹਨਾਂ ਦੇ ਪੈਰ ਦੇ ਵਿੱਚ ਸੱਟ ਲੱਗੀ ਹੋਈ ਸੀ, ਕਾਫੀ ਜ਼ਿਆਦਾ ਕੀੜੇ ਪਏ ਸੀ, ਪਰ ਹੁਣ ਠੀਕ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੀ। ਅਤੇ ਇੱਦਾਂ ਹੀ ਇਹ ਬਾਬਾ ਜੀ ਆ ਸਾਡੇ ਜੀ ਕੇਸਰ ਸਿੰਘ ਰਾਜਪੂਤ ਜੀ, ਇਹਨਾਂ ਦੇ ਪੈਰ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ, ਇਹਨਾਂ ਦਾ ਆਪਰੇਸ਼ਨ ਹੋਣਾ ਵਾ ਲੱਤ ਦਾ, ਅਤੇ ਜਿਵੇਂ ਕਿ ਮੈਂ ਸ਼ੁਰੂ 'ਚ ਵੀ ਤੁਹਾਨੂੰ ਦੱਸਿਆ ਜਿਹੜੀ ਕਰੰਸੀ ਪ੍ਰੋਬਲਮ ਚੱਲ ਰਹੀ ਹੈ ਉਹਦੇ ਕਰਕੇ ਸਾਨੂੰ ਬੜੀ ਪ੍ਰੋਬਲਮ ਆਈ ਹੋਈ ਹੈ, ਹੋਸਪਿਟਲਾਂ ਦੇ ਵਿੱਚ ਇਲਾਜ ਨਹੀਂ ਪ੍ਰੋਪਰ ਹੋ ਰਿਹਾ। ਅਤੇ ਇੱਦਾਂ ਹੀ ਇਹ ਬਾਬਾ ਜੀ ਸਾਡੇ ਕੋਲ ਜਿਹੜੇ ਅਨੰਦਪੁਰ ਸਾਹਿਬ ਤੋਂ ਆਏ ਹੋਏ, ਇਹਨਾਂ ਦੀ ਇੱਕ ਲੱਤ ਹੈ ਨਹੀਂ ਗੀ, ਇੱਕ ਲੱਤ ਦੇ ਉੱਪਰ ਪਲਾਸਟਰ ਹੋਇਆ ਹੋਇਆ ਇਹਨਾਂ ਦੇ ਹੁਣ ਜੀ। ਅਤੇ ਇਹ ਬਾਬਾ ਕਾਕੂ ਸਿੰਘ ਜੀ ਆ ਜੀ, ਅਸੀਂ ਬਾਬਾ ਕਾਕਾ ਸਿੰਘ ਜੀ ਕਹਿੰਦੇ ਇਹਨਾਂ ਨੂੰ, ਇਹ ਗਹੌਰ ਤੋਂ ਆ ਜੀ ਬਾਬਾ ਜੀ, ਇੱਥੇ ਗਹੌਰ ਪਿੰਡ ਆ ਸਾਡੇ ਨੇੜੇ ਹੀ, ਅਤੇ ਟਰੱਕ ਜੁਨੀ ਜਗਨਾਓ 'ਚ ਰਹਿੰਦੇ ਸੀ ਕਾਫੀ ਸਮੇਂ ਤੋਂ, ਅਤੇ ਹੁਣ ਸਾਡੇ ਕੋਲ ਰਹਿ ਰਹੇ ਨੇ, ਕਾਫੀ ਬਿਰਧ ਹੋ ਚੁੱਕੇ ਜੀ। ਅਤੇ ਇਹ ਬਾਬਾ ਗੁਜਰਾਜ ਸਿੰਘ ਜੀ ਆ ਜੀ, ਅਤੇ ਇਹ ਵੀ ਸਾਡੇ ਕੋਲ ਹੀ ਰਹਿ ਰਹੇ ਆ ਜੀ ਕਾਫੀ ਟਾਈਮ ਤੋਂ, 3-4 ਮਹੀਨਿਆਂ ਤੋਂ। ਇਹ ਧੀਰੂ ਆ ਜੀ ਸਾਡਾ ਵੀਰ, ਅਸੀਂ ਉਹਨੂੰ ਇਹਦਾ ਨਾਂ ਰੱਖਿਆ ਹੋਇਆ ਧੀਰੂ, ਪਰ ਇਹਨੂੰ ਆਪਣਾ ਨਾਮ ਵੀ ਨਹੀਂ ਪਤਾ ਵੀਰ ਨੂੰ, ਅਤੇ ਅੱਗੇ ਵੀ ਮੈਂ ਇਹਦੇ ਬਾਰੇ 'ਚ ਕਈ ਵਾਰੀ ਜਾਣਕਾਰੀ ਦਿੱਤੀ ਆ। ਇਹ ਲੁਧਿਆਣੇ ਦੇ ਕੋਨੇ ਕੋਨੇ ਤੋਂ ਵਾਕਫ ਆ, ਹਰੇਕ ਗਲੀ ਹਰੇਕ ਮੁਹੱਲੇ ਬਾਰੇ ਇਹਨੂੰ ਪਤਾ ਵਾ, ਪਰ ਆਪਣਾ ਘਰ ਅਤੇ ਆਪਣਾ ਨਾਮ, ਆਪਣੇ ਬਾਪ ਦਾ ਨਾਮ ਕੁਛ ਨਹੀਂ ਇਹਨਾਂ ਦੀ ਨੌਲੇਜ ਦੇ ਵਿੱਚ, ਬਿਲਕੁਲ ਹਰੇਕ ਵਾਰੀ ਨਵਾਂ ਨਾਮ ਹੀ ਦੱਸਦੇ ਆ ਜੀ। ਅਤੇ ਸਾਡੇ ਹਰਿੰਦਰ ਕੁਮਾਰ ਜੀ ਆ ਜੀ, ਜਿਹੜਿਆਂ ਨਾਲ ਤੁਸੀਂ ਪਹਿਲਾਂ ਪੋਸਟਾਂ ਦੇਖੀਆਂ ਸਾਡੀਆਂ ਲਾਸਟ, ਇਹਨਾਂ ਦੇ ਹੱਥ ਦੇ ਵਿੱਚ ਕੀੜੇ ਪਏ ਹੋਏ ਸੀ ਬਹੁਤ ਜ਼ਿਆਦਾ, ਇਹਨਾਂ ਨੇ ਰਬੜਾਂ ਚੜ੍ਹਾ ਲਈਆਂ ਸੀਗੀਆਂ, ਅਤੇ ਹੁਣ ਠੀਕ ਆ, ਹੱਥ ਇਹਨਾਂ ਦਾ ਅੰਗੂਠਾ ਕੱਟਿਆ ਗਿਆ ਜੀ, ਰੋਜ਼ ਡਰੈਸਿੰਗ ਹੁੰਦੀ ਆ ਜੀ। ਅਤੇ ਐਵੇਂ ਇਹ ਸਾਡੇ ਹੈਗੇ ਨੇ ਜੀ ਮਿੰਟੂ ਪਰਮਾਰ ਜੀ ਆ ਜੀ, ਇਹਨਾਂ ਦਾ ਨਾਂ ਅੰਸ਼ੁਲ ਪਰਮਾਰ ਵੀ ਦੱਸਦੇ ਆ, ਇਹਨਾਂ ਨੇ ਆਪਦਾ ਡਰੈਸ ਹੁਣ ਸਾਨੂੰ ਥੋੜ੍ਹੇ ਦਿਨ ਪਹਿਲਾਂ ਹੀ, ਸਕਾਈਟ੍ਰਿਕ ਰਾਜੀਵ ਗੁਪਤਾ ਜੀ ਡਾਕਟਰ ਸਾਹਿਬ, ਉਹ ਸਾਡਾ ਕਾਫੀ ਹੈਲਪ ਕਰਦੇ ਆ, ਇਲਾਜ ਕਰਵਾਉਂਦੇ ਆ, ਇਹਨਾਂ ਦਾ ਫ੍ਰੀ ਇਲਾਜ ਕਰਦੇ ਆ ਹੁਣ, ਅਤੇ ਉਹਨਾਂ ਕੋਲ ਜਾ ਕੇ ਇਹਨਾਂ ਨੇ ਕਾਉਂਸਲਿੰਗ ਕਰਵਾਈ, ਅਤੇ ਇਹਨਾਂ ਨੇ ਆਪਣਾ ਐਡਰੈਸ ਵੀ ਦੱਸਿਆ। ਇਹ ਦੱਸਦੇ ਆ ਨਲੂਆ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਅਤੇ ਛੱਤੇ ਵਾਲੀ ਗਲੀ ਦੱਸਦੇ ਆ ਆਪਣਾ ਮਹੱਲਾ ਜੀ, ਅਤੇ ਜੇ ਕੋਈ ਵੀਰ ਇਹਨਾਂ ਨੂੰ ਪਛਾਣਦਾ ਹੋਵੇ ਤਾਂ ਜ਼ਰੂਰ ਇਹਨਾਂ 'ਤੇ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰਨ ਜੀ। ਇਹਨਾਂ ਦਾ ਨਾਂ ਮਿੰਟੂ ਪਰਮਾਰ ਆ ਜੀ, ਅਤੇ ਇੱਦਾਂ ਹੀ ਸਾਡੇ ਫਾਊਂਡਰ ਮੈਂਬਰ ਬੈਠੇ ਆ ਜੀ, ਅਖਬਾਰ ਪੜ੍ਹ ਰਹੇ ਨੇ ਜੀ,
ਅਰੁਣ ਕੁਮਾਰ ਸ਼ੁਕਲਾ ਜੀ, ਇਹ ਅਰੁਣ ਕੁਮਾਰ ਸ਼ੁਕਲਾ ਜੀ ਹੈ ਜੀ। ਇਹ ਸਭ ਤੋਂ ਪਹਿਲੇ ਮੈਂਬਰ ਆ ਜਿਹੜੇ ਸਾਡੇ ਸੰਸਥਾ 'ਤੇ ਆਏ, ਜਿਨ੍ਹਾਂ ਨੇ ਸਾਡੀ ਸੇਵਾ ਸ਼ੁਰੂ ਕਰਵਾਈ। ਅੱਜ ਅਸੀਂ ਐਡੀ ਵੱਡੀ ਸੇਵਾ ਕਰ ਰਹੇ ਹਾਂ ਜੀ। ਅਤੇ ਇਹ ਬਾਬਾ ਜੀ ਸਾਡੇ ਜੀ ਨਿਸ਼ਾਨ ਸਿੰਘ ਜੀ ਹੈ ਜੀ, ਅਤੇ ਇਹਨਾਂ ਨੂੰ ਤਾਂ ਸਾਰੇ ਜਾਣਦੇ ਹੀ ਹੈ ਜੀ। ਅਤੇ ਹੁਣ ਠੀਕ ਹੈ, ਬਾਬਾ ਜੀ ਸਾਡੇ ਨਾਲ ਸੇਵਾ ਕਰਵਾਉਂਦੇ ਆ ਜੀ। ਮਹਾਰਾਜ ਦੀ ਕਿਰਪਾ ਦੇ ਨਾਲ, ਗੁਰੂ ਮਹਾਰਾਜ ਨੇ ਬੜੀ ਕਿਰਪਾ ਕਰੀ ਹੈ ਬਾਬਾ ਜੀ 'ਤੇ। ਅਤੇ ਹੁਣ ਘਰ ਵੀ ਜਾ ਕੇ ਆਏ ਆ ਇਹ ਆਪਣੇ, ਇਹਨਾਂ ਦੇ ਭਾਣਜੇ ਦੀ ਮੈਰਿਜ ਸੀਗੀ, 4-5 ਦਿਨ ਲਾ ਕੇ ਆਇਆ ਜੀ ਘਰ ਆਪਣੇ। ਅਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਵੀ ਇੱਦਾਂ ਹੀ ਸੇਵਾ 'ਚ ਲੱਗੇ ਹੋਏ ਜੀ ਸਾਰੇ। ਅਤੇ ਮੈਂ ਅੱਜ ਤੁਹਾਨੂੰ ਇੱਧਰ ਜਾਣਕਾਰੀ, ਇੱਕ ਹੋਰ ਬੰਦੇ ਸਾਡੇ ਕੋਲ ਜਿਹੜੇ ਨਵਾਂ ਆਇਆ ਵੀਰ ਰਮੈਣ ਜੀ, ਇਹਨਾਂ ਦੇ ਟੀ ਵੀ ਹੋਈ ਹੋਈ ਆ ਬਹੁਤ ਜ਼ਿਆਦਾ, ਉਹਨਾਂ ਵਾਸਤੇ ਅਸੀਂ ਅਲੱਗ ਤੰਬੂ ਲਾਇਆ। ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਅਲੱਗ ਰੱਖਣਾ ਵਾ ਥੋੜ੍ਹਾ ਜਿਹਾ। ਅਤੇ ਹੁਣ ਬਾਬਾ ਜੀ ਇੱਥੇ ਅਸੀਂ ਇਹਨਾਂ ਨੂੰ ਅਲੱਗ ਰੱਖਿਆ ਹੋਇਆ, ਪਾਇਆ ਹੋਇਆ ਤੰਬੂ ਲਗਾ ਕੇ। ਰਮੈਣ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ? ਅਤੇ ਇਹ ਬਾਬਾ ਜੀ ਹੁਣ ਅੱਗੇ ਨਾਲੋਂ ਕਾਫੀ ਫਰਕ ਹੈ, ਇਹਨਾਂ ਨੂੰ ਛੁੱਟੀ ਅਸੀਂ ਕਰਵਾ ਲਿਆ ਸੀਗੇ, ਵੀਕ ਬਹੁਤ ਜ਼ਿਆਦਾ ਸੀਗੇ ਇਹ, ਪਰ ਹੁਣ ਗੁਰੂ ਮਹਾਰਾਜ ਦੀ ਕਿਰਪਾ ਜੀ ਕਾਫੀ ਅੱਗੇ ਨਾਲੋਂ ਠੀਕ ਹੈ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਇਹਨਾਂ ਵਾਸਤੇ ਅਰਦਾਸ ਵੀ ਕਰੋ ਸਾਡੇ ਕੋਲ। ਇਸ ਟਾਈਮ ਸਭ ਤੋਂ ਮਾੜੀ ਹਾਲਤ ਦੇ ਵਿੱਚ ਇਹੀ ਹੈ, ਇੱਕ ਬਜ਼ੁਰਗ ਜਿਹੜੇ ਅਸੀਂ ਲੁਧਿਆਣੇ ਕਮਿਸ਼ਨਰ ਹਾਊਸ ਦੇ ਸਾਹਮਣੇ ਗੁਰੂ ਨਾਨਕ ਸਟੇਡੀਅਮ ਦੇ ਕੋਲੋਂ 6 ਨੰਬਰ ਗੇਟ ਤੋਂ ਲੈ ਕੇ ਆਏ ਸੀਗੇ, ਇਹਨਾਂ ਵਾਸਤੇ ਜ਼ਰੂਰ ਅਰਦਾਸ ਕਰੋ ਜੀ, ਵੀ ਇਹਨਾਂ ਦੀ ਸਿਹਤ ਜਾਬੀ ਵਾਸਤੇ ਵੀ ਠੀਕ ਹੋ ਜਾਣ ਜੀ। ਇਹਨਾਂ ਨੂੰ ਟੀ ਵੀ ਹੈ ਬਹੁਤ ਜ਼ਿਆਦਾ ਤੋਂ ਦਿਖਣਾ ਸ਼ੁਰੂ ਹੋ ਗਿਆ ਜੀ, ਇਹ ਕਾਫੀ ਐਕਸਰਸਾਈਜ਼ ਵੀ ਕਰਦੇ ਰਹਿੰਦੇ। ਗੋਕਲ ਜੀ ਹੁਣ ਠੀਕ ਹੈ ਜੀ, ਅੱਗੇ ਨਾਲੋਂ ਬਹੁਤ ਜ਼ਿਆਦਾ, ਗੁਰੂ ਮਹਾਰਾਜ ਨੇ ਕਿਰਪਾ ਕਰੀ ਹੈ ਗੋਕਲ ਜੀ 'ਤੇ। ਅਤੇ ਠੀਕ ਹੋ ਬਾਬਾ? ਬਾਕੀ ਆ ਤੁਹਾਨੂੰ ਮੈਂ ਜਾਣਕਾਰੀ ਜਿਹੜੀ ਵੀਰੋ ਦੇਣਾ ਚਾਹੁੰਦਾ ਸੀ, ਅਸਲ 'ਚ ਇਹ ਸਾਡਾ ਸ਼ੈੱਡ ਬਣ ਕੇ ਤਕਰੀਬਨ ਤਿਆਰ ਆ ਹੁਣ, ਘਰ ਥੱਲੇ ਫਰਸ਼ ਲਾਉਣ ਵਾਲਾ ਰਹਿੰਦਾ ਜੀ, ਚਾਰ ਦੀਵਾਰੀ ਕਰਨ ਵਾਲੀ, ਇੱਕ ਵਾਸ਼ਰੂਮ ਤਿਆਰ ਕਰਨ ਵਾਲੇ ਰਹਿੰਦੇ ਆ ਜੀ, ਅਤੇ ਸਾਈਡਾਂ ਬੰਦ ਕਰਨ ਵਾਲੀਆਂ ਰਹਿੰਦੀਆਂ ਜੀ। ਅਤੇ ਇਹ ਸਾਨੂੰ ਪ੍ਰੋਬਲਮ ਆਈ ਹੋਈ ਹੈ ਜੀ, ਇੱਕ ਇੱਟਾਂ ਵਗੈਰਾ ਜਾਂ ਮਿਸਤਰੀਆਂ ਦੀ ਲੇਬਰ ਵਗੈਰਾ ਦੇ ਵਾਸਤੇ ਵੀ ਬੜੀ ਪ੍ਰੋਬਲਮ ਉਹਨਾਂ 'ਤੇ। ਨਿਸ਼ਾਨ ਸਿੰਘ ਜੀ ਆ ਜਾਓ, ਇੱਧਰ ਹੀ ਆ ਜਾਓ ਤੁਸੀਂ ਬਾਬਾ ਜੀ, ਇੱਧਰਲੇ ਪਾਸੇ ਸਾਡੇ ਨਾਲ ਲੱਗ ਗਏ ਆ ਜੀ। ਆਹ ਸਾਡੇ ਟੋਨੀ ਜੀ ਹੈ ਜੀ, ਗੁਰਪ੍ਰਕਾਸ਼ ਸਿੰਘ ਜੀ, ਇਹ ਹਜੇ ਅੱਧ ਵਿਚਾਲੇ ਜੀ ਹੈ ਜੀ, ਸੇਵਾ 'ਚ ਲੱਗਣ ਲਈ ਵੈਸੇ ਤਿਆਰ ਆ, ਪਰ ਗੁਰੂ ਮਹਾਰਾਜ ਇਹਨਾਂ 'ਤੇ ਕਿਰਪਾ ਕਰਨ, ਇਹ ਥੋੜ੍ਹਾ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਵਾਉਣ, ਕਿਉਂਕਿ ਹੁਣ ਕਾਫੀ ਕੰਡੀਸ਼ਨ ਠੀਕ ਹੈ ਇਹਨਾਂ ਦਾ। ਆਪਰੇਸ਼ਨ ਹੋਇਆ ਹਰਨੀਆਂ ਦਾ, ਇੱਕ ਦੋਨੋਂ ਸਾਈਡ ਆਪਰੇਸ਼ਨ ਹੋਣਾ ਸੀ, ਇੱਕ ਸਾਈਡ ਹੋ ਗਿਆ, ਇੱਕ ਸਾਈਡ ਰਹਿੰਦਾ, ਹੁਣ ਉਹ ਕਰਵਾਵਾਂਗੇ ਅਸੀਂ, ਪਰ ਹੁਣ ਟੋਨੀ ਦੀ ਹਾਲਤ ਕਾਫੀ ਠੀਕ ਆ ਅੱਗੇ ਨਾਲੋਂ ਜੀ, ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦਾ ਇਲਾਜ ਚੱਲੀ ਜਾਂਦਾ ਜੀ। ਰਹਿਣ ਸਹਿਣ ਦੇ ਵਿੱਚ ਦਿੱਕਤ ਆ ਰਹੀ ਆ, ਉਹਦੇ ਵਿੱਚ ਸਾਡੀ ਮਦਦ ਜ਼ਰੂਰ ਕਰੋ ਜੀ। ਅਤੇ ਇੰਨੀਆਂ ਗੱਲਾਂ ਕਹਿਣੀਆਂ ਸੀਗੀਆਂ ਜੀ। ਨੰਬਰ ਸਾਡਾ 97-803-0073 ਆ ਜੀ, ਜੇ ਕੋਈ ਸੰਪਰਕ ਕਰਨਾ ਚਾਹੋ। ਵਾਹਿਗੁਰੂ।